ਗੈਂਗਸਟਰ 골ਡੀ ਬਰਾੜ ਜੋ ਪੰਜਾਬ ਪੁਲਿਸ ਦੇ ਲਈ ਸਿਰਦਰਦ ਬਣਿਆ ਹੋਇਆ ਇੱਕ ਵਾਰ ਤਾਂ ਪੰਜਾਬ ਪੁਲਿਸ ਨੇ ਵੀ ਰਾਹਤ ਦੀ ਸਾਹ ਲਈ ਹੋਏਗੀ ਜਦੋਂ ਖਬਰ ਆਈ ਸੀ ਕਿ FBI ਦੇ ਵੱਲੋਂ 골ਡੀ ਬਰਾੜ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇਹ ਵੀ ਦਾਵਾ ਕਰ ਦਿੱਤਾ ਸੀ ਕਿ 골ਡੀ ਬਰਾੜ ਨੂੰ FBI ਨੇ ਹਿਰਾਸਤ ਚ ਲੈ ਲਿਆ ਪਰ ਹੁਣ ਇੱਕ ਵਾਰ ਮੁੜ ਤੋਂ 골ਡੀ ਬਰਾੜ ਨੇ ਸੋਸ਼ਲ ਮੀਡੀਆ ਤੇ ਨਾ ਸਿਰਫ ਪੋਸਟ ਪਾ ਕੇ ਇੱਕ ਕਤਲ ਦੀ ਜ਼ਿੰਮੇਵਾਰੀ ਲਈ ਹੈ ਬਲਕਿ 골ਡੀ ਬਰਾੜ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੋ ਦਾਅਵੇ ਕੀਤੇ ਜਾ ਰਹੇ ਨੇ ਕਿ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਖਬਰਾਂ ਝੂਠੀਆਂ ਤਾਂ ਇਸ ਤੇ ਸਵਾਲ ਜ਼ਰੂਰ ਉੱਠੇਗਾ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਦਾਵਾ ਕੀਤਾ ਸੀ ਕਿ ਉਹ ਝੂਠਾ ਹੈ ਕਿ ਗੋਲਡੀ ਬਰਾੜ ਹਿਰਾਸਤ ਦੇ ਵਿੱਚ ਨਹੀਂ ਹੈ ਇਸ ਵੱਡੀ ਖਬਰ ਤੇ ਜਾਣਕਾਰੀ ਲੈਣੇ ਮੇਰੇ ਸਹਿਯੋਗੀ ਹਸੀਮ ਬਸੀਤੂ ਮੁੱਖ ਮੰਤਰੀ ਨੇ ਤਾਂ ਦਾਵਾ ਕਰ ਦਿੱਤਾ ਸੀ ਕਿ ਹਿਰਾਸਤ ਚ ਲੈ ਲਿਆ ਹਾਲਾਂਕਿ এবੀਪੀ ਸੰਜਾ ਨੇ ਇਹੀ ਜਾਣਕਾਰੀ ਦਿੱਤੀ ਸੀ ਕਿ ਗੋਲਡੀ ਬਰਾੜ ਨੂੰ ਮਾਨੀਟਰ ਕੀਤਾ ਜਾ ਰਿਹਾ ਹੈ ਤਾਂ ਮੁੱਖ ਮੰਤਰੀ ਦੇ ਦਾਅਵੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਦੇਖੋ ਕੁਐਸਚਨ ਰੇਜ਼ ਹੋ ਗਿਆ ਕਿਉਂਕਿ ਕੱਲ ਵੀ ਜਦੋਂ এবੀਪੀ ਸੰਜਾ ਨੇ ਖਬਰ ਬ੍ਰੇਕ ਕੀਤੀ ਸੀ ਤੇ ਅਸੀਂ ਕੈਟੈਗੋਰਿਕਲੀ ਇਸੇ ਚੀਜ਼ ਤੇ ਕਾਇਮ ਸੀਗੇ ਕਿ ਗੋਲਡੀ ਬਰਾੜ ਦੀ ਜਿਹੜੀ ਟਰੈਕ ਰੋਫ ਇਨਵੈਸਟੀਗੇਸ਼ਨ ਲੋ ਕੈਨੀ ਫੋਲੀਆ ਯੂਸੇ ਦੇ ਵਿੱਚ ਕੀਤੀ ਜਾ ਰਹੀ ਹੈ ਅਸੀਂ ਮਤਲਬ ਉਹਦੇ ਵਿੱਚ ਹੀ ਇਹ ਵਿਬਿਆਨ ਆਇਆ ਚੀਫ ਮਿਨਿਸਟਰ ਭਗਵੰਤ ਮਾਨ ਦਾ ਕਿ ਮੈਂ ਬੀਇੰਗ ਹੈਡ ਆਫ ਦਿ ਸਟੇਟ ਕਹਿ ਰਿਹਾ ਕਨਫਰਮ ਕਰ ਰਿਹਾ ਥੈਟ ਹੀ ਹੈਜ਼ ਬੀਨ ਰੀਟੇਨਡ ਲੇਕਿਨ ਹੈਰਾਨੀ ਜਨੇ ਗੱਲ ਇਹ ਸੀ ਕਿ ਉਸ ਤੋਂ ਬਾਅਦ ਵੀ ਸਟੇਟ ਪੁਲਿਸ ਨੇ ਜਾਂ ਕਿਸੇ ਵੀ ਸੈਂਟਰਲ ਏਜੰਸੀ ਨੇ ਸਟੇਟ ਏਜੰਸੀ ਨੇ ਇਸ ਗੱਲ ਦੀ ਕਨਫਰਮੇਸ਼ਨ ਆਫੀਸ਼ੀਅਲੀ ਨਹੀਂ ਕੀਤੀ ਹਾਲਾਂਕਿ ਚੀਫ ਮਿਨਿਸਟਰ ਨੇ ਡਿਟੈਂਸ਼ਨ ਦਾ ਕਲੇਮ ਕੀਤਾ ਸੀਗਾ ਲੇਕਿਨ ਹੁਣ ਅਜੇ ਪਾ ਦੇਖਿਆ ਹੈ ਗੈਂਗਵਰ ਹੋਈ Rajasthan ਦੇ ਵਿੱਚ ਰਾਜਠੇੜ ਨਾਮ ਦੇ ਜਿਹੜੇ ਗੈਂਗਸਟਰ ਹੈ ਉਹਨੂੰ ਨਿਊਟਰਲਾਈਜ਼ ਕੀਤਾ ਗਿਆ ਉਹਦੇ ਆਪੋਜ਼ਿਟ ਗੈਂਗ ਵੱਲੋਂ ਔਰ ਵਿਦਨ ਮਿੰਟਸ ਵਿਦਨ ਸਮ ਟਾਈਮ ਗੋਲਡੀ ਬਰਾਡ ਦੇ ਨਾਮ ਤੋਂ ਇੱਕ ਪੋਸਟ ਆਉਂਦੀ ਹੈ ਜਿਹਦੇ ਚੋਂ ਨਾ ਸਿਰਫ ਜ਼ਿੰਮੇਵਾਰੀ ਲੈਂਦੇ ਆ ਕਿ ਹਾਂ ਅਸੀਂ ਇਹ ਕਰਵਾਇਆ ਹੈਗਾ ਨਾਲ ਹੀ ਉਹ ਇਹ ਕਹਿ ਦਿੰਦੇ ਕਿ ਜਿਹੜੀਆਂ ਮੇਰੀ ਅਰੈਸਟ ਦੀਆਂ ਖਬਰਾਂ ਚੱਲ ਰਹੀਆਂ ਟੋਟਲੀ ਫੇਕ ਹੈ ਮੈਂ ਸੇਫ ਐਂਡ ਸਾਊਂਡ ਆ ਔਰ ਔਰ ਟੋਟਲੀ ਜਿਹੜਾ ਉਹ ਉਹਨੂੰ ਕੁਐਸਚਨੇਬਲ ਕਰ ਦਿੰਦਾ ਜਿਹੜਾ ਚੀਫ ਮਿਨਿਸਟਰ ਦਾ ਡਿਟੈਂਸ਼ਨ ਵਾਲਾ ਕਲੇਮ ਹੈ ਸੋ ਕੱਲ ਅਸੀਂ ਵੀ ਕਹਿ ਰਹੇ ਸੀ ਵੀ ਉਹ ਡਿਟੈਂਸ਼ਨ ਦੇ ਵਿੱਚ ਨਹੀਂ ਹੈ ਐਫ ਬੀ ਆਈ ਉਹਨੂੰ ਮੋਨਟਰ ਕਰ ਰਹੀ ਹੈ ਔਰ ਜਿਹੜਾ ਉਹ ਤੇ ਸਿਰਫ ਆਬਜ਼ਰਵੇਸ਼ਨ ਰੱਖੀ ਹੋਈ ਹੈ ਲੇਕਿਨ ਅੱਜ ਜਿਹੜੀ ਗੋਲਡੀ ਬਰਾੜ ਨੇ ਪੋਸਟ ਪਾਈ ਹੈ ਜ਼ਿੰਮੇਵਾਰੀ ਲਈ ਹੈ ਮਰਡਰ ਦੀ ਔਰ ਪਲੱਸ ਕਹਾਤਾ ਇਹ ਫੇਕ ਨਿਊਜ਼ ਹੈ ਉਹਨੇ ਕੁਝ ਫੇਕ ਕੁਐਸਚਨਸ ਰੇਜ਼ ਕਰਤੇ ਹੈ ਜਿਹੜਾ ਇਹ ਸਾਰਾ ਕਲੇਮ ਕੀਤਾ ਜਾ ਰਿਹਾ ਹੈ ਡਿਟੈਂਸ਼ਨ ਬਾਰੇ ਤੇ ਪੰਜਾਬ ਪੁਲਿਸ ਜੇਕਰ ਆਪਾਂ ਗੱਲ ਕਰੀ ਤਾਂ ਉਹਨਾਂ ਦੇ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਇਸ ਗੱਲ ਦੀ ਸਿਰਫ ਮੁੱਖ ਮੰਤਰੀ ਨੇ ਦਾਵਾ ਕੀਤਾ ਸੀ ਤੇ ਜਿਹਦੇ ਵਿੱਚ ਸਵਾਲ ਹੋਰ ਉੱਠਣਗੇ ਕਿ ਪੰਜਾਬ ਪੁਲਿਸ ਦੇ ਵੱਲੋਂ ਕੋਈ ਵੀ ਪੁਸ਼ਟੀ ਜਾਂ ਫਿਰ ਸਪਸ਼ਟਿਕਰਨ ਨਹੀਂ ਆਇਆ ਤੇ ਮੁੱਖ ਮੰਤਰੀ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਹਾਂ ਉਹਨਾਂ ਨੇ ਤਿਤੋਂ ਤੱਕ ਦਾਵਾ ਕਰ ਦਿੱਤਾ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਏਗਾ ਹਾਲਾਂਕਿ ਇਸ ਨੀ ਜਦੋਂ ਕਿ ਉਹ ਕੀ ਕੈਟਾਗਰੀ ਲਈ 스테ਟ ਦਾ ਪ੍ਰਿਵਿਊ ਨਹੀਂ ਹੁੰਦਾ ਵੀ ਬ੍ਰਿੰਗਿੰਗ ਸਮਨ ਬੈਕ ਸੈਂਟਰਲ ਏਜੰਸੀਜ਼ ਹੁੰਦੀਆਂ ਆ ਉਹਦੇ ਚ ਐਮਈਏ ਹੁੰਦਾ ਇਹ ਸਾਰੀਆਂ ਏਜੰਸੀਜ਼ ਉਹਦੇ ਵਿੱਚ ਇਨਵੋਲਡ ਹੁੰਦੀਆਂ ਆ ਇਹ ਨਹੀਂ ਆ ਕਿ ਪੰਜਾਬ ਪੁਲਿਸ ਜਾ ਕੇ ਬੰਦਾ ਲਿਆਊਗੀ ਹਾਲੇ ਤੇ ਚਲੋ ਬੰਦਾ ਇਹ ਵੀ ਨਹੀਂ ਕਨਫਰਮ ਵੀ ਇਹਨਾਂ ਨੇ ਫੜਿਆ ਵੀ ਹੈ ਕਿ ਨਹੀਂ ਫੜਿਆ ਉਹਨਾਂ ਨੇ ਅਮਰੀਕਾ ਵਾਲਿਆਂ ਨੇ ਪਲੱਸ ਆਪਾਂ ਇਹ ਗੱਲ ਰੇਜ਼ ਕੀਤੀ ਸੀ ਗੱਲ ਵੀ ਮੋਨਿਟਰਿੰਗ ਉਹਦੀ ਚੱਲ ਰਹੀ ਹੈ ਔਰ ਜੇ ਜੇ ਇਦਾਂ ਦੀ ਗੱਲ ਕੋਈ ਹੈ ਵੀ ਹੈ ਡਿਟੈਂਸ਼ਨ ਵਾਲੀ ਤੇ ਅਮਰੀਕਾ ਜਿਹੜਾ ਉਹ ਕੈਨੇਡਾ ਨੂੰ ਹੈਂਡਓਵਰ ਕਰੇਗਾ ਕਿਉਂਕਿ ਉਹ ਬੰਦਾ ਕੈਨੇਡਾ ਤੋਂ ਟ੍ਰੈਵ ਸਤਾਰਾਂ ਦੇ ਵਿੱਚ ਕੈਨੇਡਾ ਕੈਲਗਰੀ ਲੈਂਡ ਹੋਇਆ ਸੀ ਉੱਥੇ ਜਾ ਚੁੱਕਾ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਉੱਥੇ ਰਹਿ ਰਿਹਾ ਹੈ ਔਰ ਜੇ ਅਮਰੀਕਾ ਗਿਆ ਤੇ ਜੇ ਕਿਸੇ ਗਲਤ ਡਾਕੂਮੈਂਟਸ ਤੇ ਗਿਆ ਜਾਂ ਕਿਸੇ ਹੋਰ ਚੀਜ਼ ਤੇ ਗਿਆ ਤੇ ਉਹ ਵਾਪਸ ਉਹ ਕੈਨੇਡਾ ਨੂੰ ਦੇਣਗੇ ਨਾ ਕਿ ਇੰਡੀਆ ਨੂੰ ਦੇਣਗੇ ਉਸ ਚੀਜ਼ ਨੂੰ ਸਾਰਾ ਫਾਈਟ ਆਊਟ ਕਰਨਾ ਪਏਗਾ ਲੇਕਿਨ ਉਹ ਸਾਰੀਆਂ ਚੀਜ਼ਾਂ ਤੇ ਲੇਟਰ ਆਨ ਨੇ ਉਹ ਬਾਅਦ ਦੇ ਵਿੱਚ ਰਿਪੈਟਰੀਏਸ਼ਨ ਉਹਦੀ ਉਹਦੀ ਵਾਪਸੀ ਕਿੱਦਾਂ ਕਰਾਉਣੀ ਹੈ ਐਕਸਟਰੈਡੀਸ਼ਨ ਪਾਲਿਸੀ ਕੀ ਕਹਿੰਦੀ ਹੈ ਲੇਕਿਨ ਇੰਪੋਰਟੈਂਟ ਇਹ ਹੈ ਵੀ ਕੀ ਵਕਈ ਡਿਟੈਂਸ਼ਨ ਹੋਈ ਹੈ ਇਹ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਸਟੇਟ ਡੀਜੀ ਇਸ ਗੱਲ ਤੇ ਚੁੱਪ ਨੇ ਸੈਂਡਰਲ ਜੈਂਸੀ ਇਸ ਗੱਲ ਤੇ ਚੁੱਪ ਨੇ ਐਮਆ ਨੇ ਕੋਈ ਇਸ ਗੱਲ ਨੂੰ ਬੈਕ ਨਹੀਂ ਕੀਤਾ ਸਿਰਫ ਭਗਵੰਤ ਮਾਨ ਨੇ ਹਾਲੇ ਡਿਟੈਂਸ਼ਨ ਦੀ ਗੱਲ ਕੀਤੀ ਹੈ ਦਰ ਇਸ ਨੋਬਡੀ ਇਨ ਦਾ ਪੁਲਿਸ ਜੈਂਸੀਸ ਜਾਂ ਸੈਂਡਰਲ ਜੈਂਸੀ ਜਿਹੜਾ ਕਿ ਭਗਵੰਤ ਮਾਨ ਦੀ ਸਟੇਟਮੈਂਟ ਨੂੰ ਬੈਕ ਕਰੇ ਔਰ ਗੋਲਡੀ ਬਰਾੜ ਦੀ ਇਸਪੋਰਟਸ ਨੇ ਇਹ ਪੁਲਿਸ ਦਾ ਜੌਬ ਹੈ ਵੀ ਉਹ ਇਨਵੈਸਟਿਗੇਟ ਕਰੇ ਵੀ ਪੋਸਟ ਹੈ ਕਿੰਨੀ ਕੋ ਅਥੈਂਟਿਕ ਹੈ ਕਿੰਨੀ ਨਹੀਂ ਅਥੈਂਟਿਕ ਹੈ ਵੀ ਆ ਨੋਬਾਡੀ ਟੂ ਸੇ ਥੈਟ ਲੇਕਿਨ ਕੋਈ ਵੀ ਚੀਜ਼ ਜਿਹੜੀ ਹੈ ਅਚੀਵਮੈਂਟ ਸਟੇਟਮੈਂਟ ਨੂੰ ਹਰੇ ਤੱਕ ਬੈਕ ਨਹੀਂ ਕਰ ਰਹੀ ਸੋ ਆਈ ਥਿੰਕ ਇਹ ਥੋੜਾ ਜਿਹਾ ਕਨਫਿਊਜ਼ਨ ਨਾਲ ਜਿਹੜਾ ਮੈਸਜ ਜਿਹੜਾ ਕੱਲ ਹੋਈ ਸੀ ਇਹ ਹੋਰ ਵੱਧ ਗਈ ਹੈ ਗੋਲਡੀ ਬਰਾਡ ਨੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਜਿਵੇਂ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਲੈਂਦਾ ਹੈ ਤੇ ਇਸ ਖਬਰ ਦੇ ਤੁਰੰਤ ਬਾਅਦ ਹੀ ਇੱਕ ਕਤਲ ਹੋ ਜਾਂਦਾ Rajasthan ਦੇ सीकर ਦੇ ਵਿੱਚ ਤੇ ਉਸੇ ਅੰਦਾਜ਼ ਦੇ ਵਿੱਚ ਉਹ ਫਿਰ ਜ਼ਿੰਮੇਵ मंत्री नहीं होएगा क्योंकि उन्होंने तो दावा किया था सी हिरासत दा पर हुन ਖਬਰਾਂ ਫੇਰ ਉਸੇ ਤਰ੍ਹਾਂ ਦੀ ਆਉਣ ਲੱਗੀਆਂ ਨੇ ਨਹੀਂ ਬਿਲਕੁਲ ਕਿਉਂਕਿ ਆਪਾਂ ਪਹਿਲੇ ਵੀ ਦੇਖਿਆ ਕਿ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਵੱਡਾ ਇਨਸੀਡੈਂਟ ਹੋ ਜਾਂਦਾ ਤੇ ਜਿੰਨੇ ਵੀ ਗੈਂਗਸਟਰ ਬਾਹਰ ਬੈਠੇ ਆ ਯਾ ਲੋਕਲੀ ਆਪਰੇਟ ਕਰਦੇ ਨੇ ਔਰ ਹਾਈ ਪ੍ਰੋਫਾਈਲ ਨੇ ਖਾਸ ਕਰਕੇ ਉਹ ਫੇਸਬੁਕ ਤੇ ਯਾ ਸੋਸ਼ਲ ਮੀਡੀਆ ਤੇ ਜਾ ਕੇ ਕਲੇਮਸ ਕਰਦੇ ਨੇ ਔਰ ਅੱਜ ਵੀ ਇਦਾਂ ਹੋਇਆ ਜਿੱਦਾਂ ਰਾਜਸਥਾਨ ਦੇ सीकर ਦੇ ਵਿੱਚ ਆਇਆ ਵੀ ਹਾਂ ਇੱਕ ਇਨਕਾਊਂਟਰ ਹੋ ਗਿਆ ਬ੍ਰਾਡ ਡੇ ਲਾਈਟ ਦੇ ਵਿੱਚ ਕਿਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਨੇ ਤੇ ਗੋਲੀਬਾਰਡ ਦੇ ਨਾਮ ਤੋਂ ਇੱਕ ਪੋਸਟ ਪਾਪ ਅਪ ਹੋਈ ਸੋਸ਼ਲ ਮੀਡੀਆ ਤੇ ਔ ਤੇ ਹੁਣ ਆਈ ਥਿੰਕ ਦ ਬਾਲ ਇਜ਼ ਇਨ ਦ ਕੋਰਟ ਆਫ ਗਵਰਨਮੈਂਟ ਕਿਸ ਤਰ੍ਹਾਂ ਗਵਰਨਮੈਂਟ ਇਹ ਸਾਰੀ ਚੀਜ਼ ਨੂੰ ਰਿਐਕਟ ਕਰਦੀ ਹੈ ਕਿਉਂਕਿ ਅੱਜ ਅੱਜ ਕੱਲ ਜਿਵੇਂ ਇੱਕਦਮ ਚੀਫ ਮਿਨਿਸਟਰ ਨੇ ਜੰਪ ਇਨ ਕਰਕੇ ਕਹਤਾ ਸੀ ਡਿਟੇਨ ਕਰਤਾ ਭਾਰਤ ਲੈ ਕੇ ਆਵਾਂਗੇ ਸਾਡੀ ਗੱਲ ਹੋ ਰਹੀ ਹੈ ਅੱਜ ਪੂਰਾ ਲਾਲ ਹੈ ਕੋਈ ਗੱਲ ਨਹੀਂ ਕਰ ਰਿਹਾ ਨਾ ਕੋ ਪੁਲਿਸ ਬੋਲ ਰਹੀ ਹੈ ਨਾ ਗਵਰਨਮੈਂਟ ਵਾਲੋ ਕੋ ਬੋਲ ਰਿਹਾ ਸੋ ਆਈ ਥਿੰਕ ਡਾਊਟਸ ਰੇਜ਼ ਹੋਏ ਹੈ ਇਹ ਬੜਾ ਕ੍ਰਿਟੀਕਲ ਇਸ਼ੂ ਹੈ ਇੰਪੋਰਟੈਂਟ ਇਸ਼ੂ ਹੈ ਪੰਜਾਬ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਕ੍ਰਾਈਮਸ ਵਿਚ ਵਾਂਟਡ ਹੈ ਗੋਲਡੀ ਬਰਾੜ ਜਿਹੜੇ ਪ ਆਈ ਥਿੰਕ ਆਕੇ ਹੁਣ ਗੰਮਨ ਨੂੰ ਕਲੈਰਟੀ ਦੇਣੀ ਚਾਹੀਦੀ ਹੈ ਵੀ ਕੀ ਸਿਚੁਏਸ਼ਨ ਹੈ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਜਦੋਂ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਲੱਗਦਾ ਹੈ ਕੁਝ ਕਾਲੀ ਨਹੀਂ ਹੋਗੀ ਸੰਜੀਦਾ ਮਸਲੇ ਤੇ ਬਿਆਨ ਦੇਣ ਵੇਲੇ ਦੇਖੋ ਮੈਨੂੰ ਲੱਗ ਰਿਹਾ ਵੀ ਇਲੈਕਸ਼ਨ ਨਾਲ ਤੇ ਨਹੀਂ ਅਸੀਂ ਜੋੜ ਕੇ ਕਹਿ ਸਕਦੇ ਲੇਕਿਨ ਕੱਲ ਵੀ ਅਸੀਂ ਜਿਹੜੀ ਗੱਲ ਕੀਤੀ ਸੀ ਕਿ ਆਸੀ ਵੀ ਜੋ ਹੁਣ ਸਿਚੁਏਸ਼ਨ ਹੈ ਲੱਗ ਰਿਹਾ ਕਿ ਥੋੜੀ ਜਿਹੀ ਓਵਰਸਟੈਪਿੰਗ ਹੋਈ ਹੈ ਉਸ ਵੇਲੇ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਮੈਨੂੰ ਲੱਗਦਾ ਕਿਉਂਕਿ ਸਟੇਟ ਦਾ ਪ੍ਰਿਵਿਊ ਨਹੀਂ ਹੁੰਦਾ ਚ ਸਟਰਾ ਬੰਦੇ ਆ ਉਭਾਰ ਫੜਿਆ ਗਿਆ ਤੇ ਉਹਦੇ ਵਿੱਚ ਅਮੀਆ ਦਾ ਪ੍ਰਿਵਿਊ ਹੁੰਦਾ ਜਾਂ ਨੈਸ਼ਨਲ ਏਜੰਸੀਜ਼ ਦਾ ਪ੍ਰਿਵਿਊ ਹੁੰਦਾ ਆਈਬੀ ਦੱਸਦੀ ਹੈ ਤੁਹਾਨੂੰ ਤੇ ਆਈ ਥਿੰਕ ਉਹ ਸਾਰੇ ਨਹੀਂ ਆਏ ਸਟੇਟ ਪੁਲਿਸ ਨਹੀਂ ਰਿਐਕਟ ਕੀਤੀ ਚੀਫ ਮਿਨਿਸਟਰ ਰਿਐਕਟ ਕਰ ਦੇਣਾ ਔਰ ਚੀਫ ਮਿਨਿਸਟਰ ਕੋ ਬੈਕ ਨਹੀਂ ਕਰ ਰਿਹਾ ਮਤਲਬ ਪੁਲਿਸ ਤੁਸੀਂ ਦੇਖੋ ਨਾ ਛੋਟੀ ਛੋਟੀ ਚੀਜ਼ ਫੜਦੇ ਆ ਤੇ ਪੰਜਾਬ ਪੁਲਿਸ ਦੇ ਟਵਿੱਟਰ ਹੈਂਡਲ ਤੋਂ ਟਵੀਟ ਹੋ ਜਾਂਦੇ ਆ ਤੇ ਜੇ ਇੰਨਾ ਵੱਡਾ ਬੰਦਾ ਜਿਹਨੂੰ ਪੰਜਾਬ ਦੇ ਵਿੱਚ ਜਿਹਨੇ ਰਿਸਪੌਂਸਿਬਿਲਟੀਜ਼ ਨੇ ਕਈ ਵੱਡੇ ਕ੍ਰਾਈਮ ਦੀਆਂ ਤੇ ਜੇ ਉਹਨੂੰ ਫੜਿਆ ਤਾਂ ਕੁਝ ਵੀ ਨਹੀਂ ਹੋ ਰਿਹਾ ਬਿਲਕੁਲ ਨਾ ਤਾਂ ਪੰਜਾਬ ਪੁਲਿਸ ਨੇ ਦੀ ਸੁਰੱਖਿਆ ਏਜੰਸੀਆਂ ਨੇ ਵੀ ਸਿਰਫ ਇੰਨਾ ਕਿਹਾ ਸੀ ਕਿ ਜੋ ਗੋਲਡੀ ਬਰਾੜ ਹੈ ਉਸ ਦੀ ਮਾਨਿਟਰਿੰਗ ਕੀਤੀ ਜਾ ਰਹੀ ਹੈ ਪਰ ਹੁਣ ਕਿਉਂਕਿ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਦੇ ਵੱਲੋਂ ਲਈ ਗਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਤਾਂ ਹੁਣ ਸਰਕਾਰ ਤੋਂ ਸਵਾਲ ਜ਼ਰੂਰ ਹੈ ਕਿ ਇਸ ਤੇ ਵੀ ਸਪਸ਼ਟੀਕਰਨ ਦਿੱਤਾ ਜਾਏ ਕਿ ਆਖਿਰ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਉਹ ਕਿਸ ਆਧਾਰ ਤੇ ਦਿੱਤਾ ਸੀ ਤੇ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਬਾਬਤ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਤੇ ਇਸ ਲਈ ਹੁਣ ਸਵਾਲ ਜ਼ਰੂਰ ਉਠੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਦਾਵਾ ਸੀ ਕਿ ਗੋਲਡੀ ਬਰਾੜ ਨੂੰ ਹਿਰਾਸਤ ਲੱਗਿਆ ਹੈ ਉਸ ਦੇ ਵਿੱਚ ਕਿੰਨੀ ਸੱਚਾਈ ਹੈ ਲਗਾਤਾਰ এবੀਪੀ ਸੰਜਾ ਤੇ ਪੰਜਾਬ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਨੂੰ ਦੇਖਣ ਨੂੰ ਮਿਲੇਗੀ ਪਰ ਅਥਰੂਕ ਦੇਖ ਛੋਟੇ ਜਿਹੇ ਬ੍ਰੇਕ ਦੇ ਲਈ